वाहिगुरु जी का खालसा, वाहिगुरु जी की फतेह। फतेहगढ़ साहब दी महान धरती ते अज शहीदी सभा दा पहला दिन सी। अज दी रात ओ पहली रात सी जो साहबजादा बाबा जोरावर सिंह, बाबा फतेह सिंह ते पूजनीक माता माता गुजरी जी ने ठंडे बुरज च गुजारी। मुरिंडे दी कोतवाली चो गिरफ्तार करके अज दे दिन ही साहबजादियां नू वजीर खां दी कचहरी दे विच पेश कीता गया सी। गंगू वालों साहबजादियां नू जदों मुरिंडे दी कोतवाली च कैद करवा दिता तां इहदी खबर वजीर खां नू रात ही मिल गई। ਇਹ ਖਬਰ ਉਸਦੇ ਲਈ ਬਹੁਤ ਹੀ ਖੁਸ਼ੀ ਵਾਲੀ ਸੀ। ਆਪਣੇ ਸਿਪਾਹੀਆਂ ਨੂੰ ਉਸਨੇ ਰਾਤ ਨੂੰ ਹੀ ਹੁਕਮ ਦੇ ਦਿੱਤਾ ਕਿ ਸਵੇਰੇ ਜਲਦੀ ਤੋਂ ਜਲਦੀ ਮੁਰਿੰਡੇ ਤੋਂ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਲਿਆ ਮੇਰੇ ਸਾਹਮਣੇ ਹਾਜ਼ਰ ਕੀਤਾ ਜਾਵੇ। ਅਜੇ ਮੂੰਹ ਹਨੇਰਾ ਹੀ ਸੀ ਕਿ ਸਰਹੰਦ ਤੋਂ ਫੌਜੀ ਦਸਤੇ ਦੀ ਧਾੜ ਮੁਰਿੰਡੇ ਆਣ ਪਹੁੰਚੀ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹਵਾਲਾਤ ਚੋਂ ਬਾਹਰ ਕੱਢ ਬੈਲ ਗੱਡੀ ਭਾਵ ਰੱਥ 'ਚ ਬਿਠਾ ਕਾਲੀ ਕਾਲੀ ਵਾਪਸ ਸਰਹੰਦ ਨੂੰ ਚੱਲ ਪਏ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਹੱਥ ਕੜੀਆਂ ਪੈਰੀ ਜ਼ੰਜੀਰਾਂ ਪਾ ਕੇ ਸਖਤੀ ਨਾਲ ਸਰਹੰਦ ਲਿਜਾਇਆ ਗਿਆ। ਲੋਕ ਦੇਖ ਕੇ ਕਹਿੰਦੇ ਕਿ ਇਹਨਾਂ ਮਾਸੂਮਾਂ ਨੂੰ ਮਾਰ ਦਿੱਤਾ ਜਾਵੇਗਾ। ਕੋਈ ਕਹਿੰਦਾ ਕਿ ਬਿਰਧ ਮਾਤਾ ਤੇ ਬਾਲਕ ਨੂੰ ਕੈਦ ਕਰ ਦੇਣਗੇ ਤੇ ਕੋਈ ਕਹਿੰਦਾ ਇਹਨਾਂ ਨੂੰ ਜਬਰੀ ਮੁਸਲਮਾਨ ਬਣਾ ਲਿਆ ਜਾਵੇਗਾ। ਤਿੰਨਾਂ ਦੇ ਚਿਹਰੇ ਤੇ ਨੂਰ ਦੇਖ ਲੋਕ ਹੈਰਾਨ ਹੁੰਦੇ, ਦੂਰ ਤੱਕ ਦੇਖਦੇ, ਮਨ ਹੀ ਮਨ ਹਮਦਰਦੀ ਜਤਾਉਂਦੇ। ਦਾਦੀ ਮਾਂ ਨੇ ਦੋਵਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਗੋਦੀ ਵਿੱਚ ਬਿਠਾ ਲਿਆ। ਉਹ ਕਿਸੇ ਦਾ ਵਿਸਾਹ ਨਾ ਕਰਦੀ, ਉਸਨੂੰ ਕੋਈ ਅਨਹੋਣੀ ਹੁੰਦੀ ਜਾਪਦੀ ਨਜ਼ਰ ਆਈ। ਉਸਦੇ ਹਿਰਦੇ ਵਿੱਚ ਕਈ ਖਿਆਲ ਆਏ। ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਜਰ ਨਿੱਕੀਆਂ ਜਿੰਦਾਂ ਨੂੰ ਸਿਰੜਦੀਆਂ ਤਾਲੀਮਾਂ ਦਿੰਦੀ ਦਾਦੀ ਮਾਂ ਦੁੱਖਾਂ ਦੀਆਂ ਵਾਟਾਂ ਨੂੰ ਸ਼ਾਂਤ ਚਿੱਤ ਨਿਬੇੜਦੀ ਗਈ। ਰੱਥ ਸਰਹਿੰਦ ਪਹੁੰਚ ਕੇ ਪਿੱਪਲ ਦੇ ਦਰਖਤ ਹੇਠਾਂ ਖੜਾ ਹੋਇਆ। ਸਿਪਾਹੀ ਨਵਾਬ ਕੋਲੋਂ ਪੁੱਛਣ ਚਲੇ ਗਏ ਕਿ ਗੁਰੂ ਦੇ ਮਾਤਾ ਤੇ ਪੁੱਤਰਾਂ ਨੂੰ ਕਿੱਥੇ ਰੱਖਿਆ ਜਾਵੇ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਫੜ ਕੇ ਸਰਹੰਦ ਲਿਆਂਦਾ ਏ ਤਾਂ ਦੇਖਣ ਲਈ ਬਹੁਤ ਭੀੜ ਲੱਗ ਗਈ। ਰਸਤੇ ਵਿੱਚ ਜਾਣ ਵਾਲੇ ਵੀ ਰੁਕ ਕੇ ਵੇਖਣ ਲੱਗੇ। ਤਮਾਸ਼ਗੀਰ ਲੋਕਾਂ ਦਾ ਇੱਕ ਤਰ੍ਹਾਂ ਮੇਲਾ ਲੱਗ ਗਿਆ। ਮਾਤਾ ਜੀ ਨੂੰ ਲੋਕ ਪੁੱਛਦੇ ਤੇਰਾ ਨਾਂ ਕੀ ਏ, ਤੇਰੀ ਗੋਦੀ ਵਿੱਚ ਬਿਠਾਏ ਬਾਲਕ ਕੌਣ ਨੇ। ਸਾਹਿਬਜ਼ਾਦੇ ਕਹਿੰਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਹਾਂ ਤੇ ਇਹ ਸਾਡੀ ਦਾਦੀ ਮਾਂ ਏ। ਲੋਕ ਇਹਨਾਂ ਤੋਂ ਦਲੇਰੀ ਭਰੇ ਜਵਾਬ ਸੁਣ ਚੁੱਪ ਹੋ ਜਾਂਦੇ। ਇਹਨਾਂ ਦੇ ਸੋਹਣੇ ਚਿਹਰੇ ਵਾਰ ਵਾਰ ਤੱਕਦੇ। ਸਾਰੀ ਭੀੜ ਨੂੰ ਸਿਪਾਹੀ ਪਿੱਛੇ ਹਟਾਉਂਦੇ ਰਸਤਾ ਬਣਾਉਣ ਲੱਗੇ। ਵਜ਼ੀਰ ਖਾਂ ਦਾ ਦੀਵਾਨ ਸੁੱਚਾਨੰਦ ਆ ਰਿਹਾ ਸੀ। ਸੁੱਚਾਨੰਦ ਨੂੰ ਦੇਖ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਹੁਣ ਕੋਈ ਚਿੰਤਾ ਨਾ ਕਰੋ, ਇਹ ਆਪਾਂ ਨੂੰ ਛੁਡਾ ਦੇਵੇਗਾ। ਮਾਤਾ ਜੀ ਨੇ ਭੀੜ ਵਿੱਚੋਂ ਸੁਣਿਆ ਸੀ ਕਿ ਹਿੰਦੂ ਦੀਵਾਨ ਸੁੱਚਾਨੰਦ ਆ ਰਿਹਾ ਏ, ਪਰ ਇਸ ਪਾਪੀ ਨੇ ਤਾਂ ਆਉਂਦੇ ਹੀ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਕਈ ਮਾੜੇ ਬੋਲ ਬੋਲਦੇ ਨੇ ਕਿਹਾ ਕਿ ਨਵਾਬ ਸਾਹਿਬ ਦਾ ਹੁਕਮ ਹੈ, ਇਸ ਗੁਰੂ ਦੀ ਮਾਂ ਨੂੰ ਠੰਡੇ ਬੁਰਜ ਚ ਭੇਜ ਦੇਵੋ ਤੇ ਇਹਨਾਂ ਬਾਲਕਾਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕਰੋ। ਇਹ ਕਮੀਨਾ ਨਵਾਬ ਦੇ ਤਲਵੇ ਚੱਟਣ ਵਾਲਾ ਉਸਦਾ ਸਭ ਤੋਂ ਵੱਡਾ ਚਾਪਰੂ ਸੀ। ਮਾਤਾ ਜੀ ਨੂੰ ਪੋਤਿਆਂ ਨਾਲੋਂ ਅਲੱਗ ਕਰਕੇ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਇਹ ਠੰਡਾ ਬੁਰਜ ਹੁਣ ਦੇ ਸਮੇਂ ਵਾਂਗ ਏਸੀ ਰੈਸਟ ਹਾਊਸ ਸੀ। ਗਰਮੀਆਂ ਨੂੰ ਨਵਾਬ ਇੱਥੇ ਠਹਿਰਦਾ, ਇਹ ਬਹੁਤ ਠੰਡਾ ਸੀ। ਇਸ ਦੇ ਚਾਰ ਚੁਫੇਰੇ ਕੌਲਿਆਂ ਤੋਂ ਬਿਨਾਂ ਕੰਧਾਂ ਦੇ ਪਰਦੇ ਨਾ ਹੋਣ ਕਰਕੇ ਚਾਰੇ ਪਾਸਿਆਂ ਤੋਂ ਠੰਡੀ ਹਵਾ ਆਉਂਦੀ ਰਹਿੰਦੀ। ਇਸ ਦੀ ਉਚਾਈ ਹੋਰ ਵੀ ਠੰਡਾ ਕਰ ਦਿੰਦੀ। ਸਰਦੀਆਂ ਨੂੰ ਇੱਥੇ ਕਿੰਨੀ ਠੰਡ ਹੋਵੇਗੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸਾਹਿਬਜ਼ਾਦਿਆਂ ਨੂੰ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹਨਾਂ ਦੀ ਸੁੰਦਰਤਾ ਸਾਰੀ ਕਚਹਿਰੀ ਵੇਖ ਰਹੀ ਸੀ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਵਜ਼ੀਰ ਖਾਨ ਦੀ ਕਚਹਿਰੀ 'ਚ ਜਾਂਦਿਆਂ ਗੱਜ ਕੇ ਫਤਿਹ ਬੁਲਾਈ ਤੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਨੂੰ ਲਾਜ ਨਹੀਂ ਲੱਗਣ ਦਿੱਤੇ। ਦੋਵਾਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੀ ਲੱਗੀ ਅਦਾਲਤ 'ਚ ਪੇਸ਼ ਕੀਤਾ ਗਿਆ। ਇਹਨਾਂ ਦੀ ਸੁੰਦਰਤਾ ਨੂੰ ਅੱਜ ਸਾਰੀ ਕਚਹਿਰੀ ਵੇਖਣ ਲੱਗ ਪਈ। ਅਮੀਰ ਵਜ਼ੀਰ ਗੁਲਾਬ ਵਰਗੇ ਕੋਮਲ ਮੁਖੜਿਆਂ ਨੂੰ ਵੇਖਦੇ ਹੀ ਰਹਿ ਗਏ। ਕਚਹਿਰੀ ਵਿੱਚ ਵੜਦਿਆਂ ਹੀ ਦੋਵਾਂ ਨੇ ਉੱਚੀ ਆਵਾਜ਼ 'ਚ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਟੜਵਾਦੀ ਸੋਚ ਵਾਲੇ ਸੁਣ ਕੇ ਸੜ ਕੇ ਕੋਲੇ ਹੋ ਗਏ। ਨਵਾਬ ਵਜ਼ੀਰ ਖਾਂ ਅੰਦਰ ਹੀ ਅੰਦਰ ਰਿੱਝਣ ਲੱਗਾ। ਸੁੱਚਾ ਆਨੰਦ ਨੇ ਬੱਚਿਆਂ ਦੇ ਕੋਲ ਆਣ ਕੇ ਕਿਹਾ, ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ, ਇੱਥੇ ਇਹਨਾਂ ਦਾ ਹੁਕਮ ਚੱਲਦਾ ਏ। ਪਰ ਸਾਹਿਬਜ਼ਾਦਿਆਂ ਕਿਹਾ ਕਿ ਅਸੀਂ ਆਪਣੇ ਪਿਤਾ ਵੱਲੋਂ ਬਖਸ਼ੀ ਹੋਈ ਫਤਿਹ ਹੀ ਬੁਲਾਵਾਂਗੇ, ਸਿਰ ਝੁਕਾ ਕੇ ਕਿਸੇ ਨੂੰ ਸਲਾਮ ਨਹੀਂ ਕਰਾਂਗੇ। ਬੱਚਿਆਂ ਨੂੰ ਕਿਹਾ, ਜਿਸ ਦੀ ਫਤਿਹ ਤੇ ਤੁਸੀਂ ਇੰਨਾ ਫਖਰ ਕਰਦੇ ਹੋ, ਉਸ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਵਿੱਚ ਮਾਰ ਕੇ ਉਸ ਦਾ ਸੀਸ ਕੱਟ ਕੇ ਬਾਦਸ਼ਾਹ ਪਾਸ ਦਿੱਲੀ ਭੇਜ ਦਿੱਤਾ ਏ। ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ ਉਹਨਾਂ ਨੂੰ ਕੌਣ ਮਾਰ ਸਕਦਾ ਏ, ਲੋਕ ਪਰਲੋਕ ਦੀ ਬਾਦਸ਼ਾਹੀ ਸਾਡੇ ਪਿਤਾ ਜੀ ਕੋਲ ਹੈ, ਉਹਨਾਂ ਨੂੰ ਕੋਈ ਵੀ ਨਹੀਂ ਮਾਰ ਸਕਦਾ। ਭਾਰੀ ਤੇ ਜੋਸ਼ ਭਰੇ ਜਵਾਬ ਸੁਣ ਕੇ ਸਾਰੀ ਕਚਹਿਰੀ ਦੇ ਲੋਕ ਬਹੁਤ ਹੈਰਾਨ ਹੋਏ। ਲੋਕ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਦਲੇਰੀ ਦੀਆਂ ਗੱਲਾਂ ਕਰਨ ਲੱਗੇ। ਕਈ ਕਹਿੰਦੇ ਕਿ ਇਹ ਆਪ ਵੀ ਬਾਪ ਵਰਗੇ ਨਿਡਰ ਨੇ। ਕਈ ਕਹਿਣ ਇਹਨਾਂ ਦੇ ਬਾਬੇ ਨੇ ਵੀ ਮਰਨਾ ਕਬੂਲ ਕਰ ਲਿਆ ਸੀ, ਪਰ ਧਰਮ ਨਹੀਂ ਸੀ ਬਦਲਿਆ, ਇਹ ਵੀ ਇਸਲਾਮ ਕਬੂਲ ਨਹੀਂ ਕਰਨਗੇ। ਪਰੇ ਪੀਤੇ ਵਜ਼ੀਰ ਖਾਨ ਨੇ ਨੀਤੀ ਤੋਂ ਕੰਮ ਲੈਂਦਿਆਂ ਪਿਆਰ ਨਾਲ ਇਸਲਾਮ ਕਬੂਲਣ ਲਈ ਕਿਹਾ। ਬਾਦਸ਼ਾਹੀ, ਜਗੀਰਾਂ, ਮਹਿਲ ਮਾੜੀਆਂ ਤੇ ਧਨ ਦੌਲਤਾਂ ਦੇ ਅਨੇਕ ਪ੍ਰਕਾਰ ਦੇ ਲਾਲਚ ਦਿੱਤੇ ਗਏ। ਉਹਨਾਂ ਨਿੱਕੀਆਂ ਪਰ ਮਹਾਨ ਸ਼ਖਸੀਅਤਾਂ ਨੂੰ ਕੋਈ ਵੀ ਲੋਭ ਲਾਲਚ ਆਪਣੇ ਅਕੀਦੇ ਤੋਂ ਡੁਲਾ ਨਾ ਸਕਿਆ। ਗੁੱਸੇ ਵਿੱਚ ਆਏ ਹਾਕਮਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਝੰਜੋੜਿਆ ਤੇ ਸਖਤੀ ਨਾਲ ਇਸਲਾਮ ਕਬੂਲ ਕਰ ਲੈਣ ਲਈ ਕਿਹਾ। ਸਰੀਰਕ ਤੇ ਮਾਨਸਿਕ ਦਬਾਅ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੂੰ ਆਪਣੇ ਧਰਮ ਤੋਂ ਨਖੇੜ ਨਾ ਸਕਿਆ। ਗੁੱਸੇ ਵਿੱਚ ਆਏ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਬਿਨਾਂ ਕੱਪੜੇ ਤੇ ਬਿਨਾਂ ਭੋਜਨ ਇਹਨਾਂ ਨੂੰ ਵੀ ਠੰਡੇ ਬੁਰਜ ਵਿੱਚ ਡੱਕ ਕੇ ਕਿਸੇ ਨੂੰ ਵੀ ਮਿਲਣ ਨਾ ਦਿੱਤਾ ਜਾਵੇ। ਪਹਿਰਾ ਹੋਰ ਵੀ ਸਖਤ ਕਰ ਦੇਵੋ। ਪਾਪੀ ਦਾ ਇਹ ਹੁਕਮ ਪਾਪਾਂ ਨਾਲ ਭਰ ਚੁੱਕੀ ਬੇੜੀ ਵਿੱਚ ਹੋਰ ਭਾਰ ਪਾਉਣ ਦੇ ਤੁਲ ਸੀ। ਪਹਿਲੇ ਦਿਨ ਦੀ ਜੋ ਕਚਹਿਰੀ ਛੋਟੇ ਸਾਹਿਬਜ਼ਾਦਿਆਂ ਨੂੰ, ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਜੀਆਂ ਨੂੰ, ਧੰਨ ਧੰਨ ਮਾਤ ਗੁਜਰ ਕੌਰ ਜੀਆਂ ਨੂੰ ਇਸ ਥਾਂ ਤੇ ਲਿਆਂਦਾ ਗਿਆ। ਮੁਰਿੰਡੇ ਕੋਤਵਾਲੀ ਤੋਂ ਜਾਨੀ ਖਾਂ, ਨਾਨੀ ਖਾਂ ਉਹਨਾਂ ਨੇ ਕੈਦ ਕੀਤਾ, ਇਸ ਥਾਂ ਤੇ ਲਿਆਂਦਾ ਗਿਆ। ਵਜ਼ੀਰ ਖਾਂ ਆਪਣੀ ਸਾਰਾ ਲਾਮ ਲਸ਼ਕਰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮਗਰ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ, ਪਹਿਲਾਂ ਅਨੰਦਪੁਰ ਸਾਹਿਬ ਹੀ ਘੇਰਾ ਪਾਇਆ, ਚਮਕੌਰ ਸਾਹਿਬ ਦੀ ਗੜੀ ਨੂੰ ਵੀ ਉਹਨੇ ਜਾ ਕਰਕੇ ਘੇਰਾ ਪਾਇਆ ਸੀ। ਸੋ ਉਹ ਬੜਾ ਇੱਕ ਗੁੱਸੇ ਕ੍ਰੋਧ ਦੇ ਅੰਦਰ ਸੀ ਵੀ ਮੈਨੂੰ ਚਲੋ ਕਿਵੇਂ ਨਾ ਕਿਵੇਂ ਮੈਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸੋਂ ਬਦਲਾ ਇਸ ਚੀਜ਼ ਦਾ ਲਵਾਂਗਾ। ਅਤੇ ਜਦੋਂ ਉਹਨਾਂ ਨੂੰ ਲਾਲਾਂ ਦੀ ਗ੍ਰਿਫਤਾਰੀ ਦਾ ਪਤਾ ਲੱਗਾ, ਮਨੇ ਮਨ ਬਹੁਤ ਖੁਸ਼ ਹੋਇਆ ਵੀ ਚਲੋ ਮੈਂ ਸਤਿਗੁਰੂ ਨੂੰ ਨਹੀਂ, ਸਤਿਗੁਰੂ ਜੀਆਂ ਦੇ ਸਾਹਿਬਜ਼ਾਦਿਆਂ ਨੂੰ ਮੈਂ ਕਨਵਰਟ ਕਰਕੇ ਦੂਸਰੇ ਪਾਸੇ ਇਸਲਾਮ ਵਾਲੇ ਪਾਸੇ ਮੈਂ ਲਿਆਵਾਂਗਾ। ਪਹਿਲੇ ਦਿਨ ਉਹਨਾਂ ਨੂੰ ਸਤਿਕਾਰਯੋਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਲਾਲਾਂ ਨੂੰ ਪਹਿਲਾਂ ਇੱਕ ਪਿੱਪਲ ਦੇ ਹੇਠਾਂ ਬਿਠਾਇਆ ਗਿਆ। ਉਸ ਥਾਂ 'ਤੇ ਬੱਚਿਆਂ ਨੂੰ ਜਿਵੇਂ ਟੋਰਚਰ ਕੀਤਾ ਗਿਆ, ਉਹਨਾਂ ਦਾ ਮੋਰਾਲ ਡੇਗਣ ਦੀ ਕੋਸ਼ਿਸ਼ ਕੀਤੀ ਗਈ ਵੀ ਕਿਵੇਂ ਨਾ ਕਿਵੇਂ ਆਪਾਂ ਉਹਨਾਂ ਦਾ ਮੋਰਾਲ ਡੇਗ ਸਕਦੇ ਹੋਵਾਂਗੇ। ਉਹਨਾਂ ਉੱਪਰ ਖੈਮਚੀਆਂ ਮਾਰੀਆਂ ਗਈਆਂ, ਜ਼ੁਲਮੋ ਸਿਤਮ ਤੂਤ ਦੀਆਂ ਪਤਲੀਆਂ ਸ਼ਮਕੀਆਂ ਮਾਰੀਆਂ ਗਈਆਂ। ਵੇਖੋ ਠੰਡੀ ਰੁੱਤ ਦੇ ਅੰਦਰ ਆਪਾਂ ਇੰਨੇ ਨੇ ਗਰਮ ਕੱਪੜੇ ਪਾ ਕਰਕੇ ਖਲੋਤੇ ਹਾਂ। ਸਾਹਿਬਜ਼ਾਦਿਆਂ ਦੇ ਜੋ ਮਾਸ ਸੀ ਉਹ ਵੀ ਉਹਨਾਂ ਨੇ ਪਿੰਡੇ ਤੋਂ ਖੇਡ ਦਿੱਤਾ ਔਰ ਠੰਡੇ ਬੁਰਜ ਦੇ ਅੰਦਰ ਉਹਨਾਂ ਨੂੰ ਕੈਦ ਕੀਤਾ ਗਿਆ। ਜੋ ਪਹਿਲੇ ਦਿਨ ਦੇ ਅੰਦਰ ਉਹਨਾਂ ਸਾਹਿਬਜ਼ਾਦਿਆਂ ਦੇ ਉੱਪਰ ਜਿੱਥੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਲਾਲਚ ਦਿੱਤੇ ਵੀ ਕਿਵੇਂ ਨਾ ਕਿਵੇਂ ਲਾਲਚ ਦੇ ਨਾਲ ਜਿਵੇਂ
ਉਹਨਾਂ ਨੇ ਸਮਝਿਆ ਵੀ ਜਿਵੇਂ ਛੋਟੇ ਬੱਚਿਆਂ ਨੂੰ ਜਿਵੇਂ ਕਿਸੇ ਪ੍ਰਕਾਰ ਕੋਈ ਟੋਫੀਆਂ ਦਾ ਲਾਲਚ ਦੇ ਕਰਕੇ ਆਪਾਂ ਡੁਲਾ ਸਕਦੇ ਹੋਵਾਂਗੇ। ਸਾਹਿਬਜ਼ਾਦਿਆਂ ਨੂੰ ਵੀ ਉਹੀ ਸਮਝ ਕੇ ਉਹਨਾਂ ਨੇ ਲਾਲਚ ਦੇਣੇ ਸ਼ੁਰੂ ਕਰ ਦਿੱਤੇ ਵੀ ਅਸੀਂ ਤੁਹਾਡੇ ਵਾਸਤੇ ਇਹ ਕਰ ਦੇਵਾਂਗੇ ਉਹ ਕਰ ਦੇਵਾਂਗੇ। ਸਾਹਿਬਜ਼ਾਦਿਆਂ ਦੇ ਜਿਵੇਂ ਆਪਾਂ ਦਰਸ਼ਨ ਵੀ ਕਰਨਾ ਇਤਿਹਾਸ ਦੇ ਵਿੱਚੋਂ ਕਿ ਜਿਸ ਵਕਤ ਦਾਖਲ ਹੋਣ ਲੱਗੇ ਅੰਦਰ ਕਚਹਿਰੀ ਵਿੱਚ ਜਾਣ ਦਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਵੱਡਾ ਦਰਵਾਜ਼ਾ ਬੰਦ ਕਰ ਲਿਆ ਤਾਂ ਜੋ ਛੋਟੀ ਗੇਟ ਵਿੱਚੋਂ ਲੰਘਣਗੇ ਕੁਦਰਤੀ ਲੰਘਦਿਆਂ ਉਹ ਸੁਰ ਸਿਰ ਝੁਕਾਉਣਗੇ ਅਤੇ ਆਪਾਂ ਸਾਰੇ ਤਾੜੀ ਮਾਰ ਦਿਆਂਗੇ ਵੀ ਸਾਹਿਬਜ਼ਾਦਿਆਂ ਨੇ ਸੀਸ ਝੁਕਾ ਲਿਆ। ਪਰ ਉਹ ਸਾਹਿਬਜ਼ਾਦੇ ਬਾਲ ਨਹੀਂ ਹਨ, ਸਾਹਿਬਜ਼ਾਦੇ ਬ੍ਰਹਮ ਗਿਆਨੀ ਹਨ। ਭਾਵੇਂ ਆਰਬਲਾ ਦੇ ਅੰਦਰ ਦੁਨਿਆਵੀ ਤੌਰ 'ਤੇ ਆਪਾਂ 7 ਸਾਲ 9 ਸਾਲ ਕਹਿੰਦੇ ਹਾਂ ਪਰ ਬ੍ਰਹਮ ਗਿਆਨੀ ਦੀ ਕੋਈ ਆਰਬਲਾ ਨਹੀਂ। ਸਾਹਿਬਜ਼ਾਦਿਆਂ ਨੇ ਜਾਂਦਿਆਂ ਜੁੱਤੀ ਦੀ ਨੋਕ ਉਸ ਵਕਤ ਵਜ਼ੀਰ ਖਾਂ ਅਤੇ ਉਹਦੇ ਜਿਹੜਾ ਜਿਨ੍ਹਾਂ ਲਾਮ ਲਸ਼ਕਰ ਬੈਠਾ ਸੀ ਅੰਦਰ ਉਹਨਾਂ ਨੂੰ ਵਿਖਾ ਦਿੱਤੀ। ਉਹਨਾਂ ਦਾ ਸਾਹਿਬਜ਼ਾਦਿਆਂ ਦਾ ਜਿਹੜਾ ਪਹਿਲਾ ਸੀ ਉਹਨਾਂ ਦਾ ਉੱਤਰ ਸਪਸ਼ਟ ਸੀ ਉਹਨਾਂ ਨੂੰ ਅਤੇ ਸਾਹਿਬਜ਼ਾਦਿਆਂ ਦਾ ਇਹ ਵੇਖ ਕਰਕੇ ਅੰਦਰ ਜਾ ਕੇ ਸਾਹਿਬਜ਼ਾਦਿਆਂ ਨੇ ਇੱਕ ਦੂਸਰੇ ਨੂੰ ਗੱਜ ਕੇ ਫਤਿਹ ਬੁਲਾਈ। ਵਜ਼ੀਰ ਖਾਂ ਕਹਿਣ ਲੱਗਾ ਤੁਹਾਡੀ ਕਚਹਿਰੀ ਨਹੀਂ ਹੈ, ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਸੂਬੇ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ। ਸਾਹਿਬਜ਼ਾਦੇ ਨੇ ਆਖਿਆ ਝੁਕਣਾ ਸਾਡੇ ਦਸਤੂਰ ਦੇ ਅੰਦਰ ਨਹੀਂ, ਝੁਕੇ ਹਾਂ ਕੇਵਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ। ਸੋ ਇਹ ਜੋ ਪਹਿਲਾ ਦਿਨ ਸੀ, ਪਹਿਲੇ ਦਿਨ ਦੇ ਅੰਦਰ ਪਹਿਲੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ ਸੀ। ਦੁਪਹਿਰ ਦੇ ਗਏ ਮੁੜ ਵਾਪਸ ਨਹੀਂ ਸੀ ਆਏ। ਦਾਦੀ ਕਿਸੇ ਅਣਹੋਣੀ ਤੋਂ ਡਰਦੀ, ਵਾਰ ਵਾਰ ਬੁਰਜ ਦੀਆਂ ਪੌੜੀਆਂ ਵੱਲ ਤੱਕਦੀ। ਸਭ ਤੋਂ ਵੱਡੀ ਅਣਹੋਣੀ ਉਸ ਲਈ ਧਰਮ ਤੋਂ ਡਿੱਗ ਜਾਣਾ ਸੀ। ਇਹ ਸੋਚ ਦਾਦੀ ਦੇ ਹੌਲ ਪੈਣ ਲੱਗਦਾ। ਸਿਪਾਹੀ ਦੋਨਾਂ ਨੂੰ ਲੈ ਕੇ ਆਏ। ਦਾਦੀ ਮਾਂ ਨੇ ਅੱਗੇ ਹੋ ਕੇ ਨਿੱਕੀਆਂ ਜਿੰਦੜੀਆਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਕਿੰਨੀ ਦੇਰ ਇਸੇ ਤਰ੍ਹਾਂ ਹੀ ਖੜੀ ਰਹੀ। ਮਾਸੂਮਾ ਨੂੰ ਨਾਲੋਂ ਲਾਉਣ ਦਾ ਚੇਤਨਾ ਕੀਤਾ। ਬਹੁਤ ਪਿਆਰ ਦੇ ਕੇ ਦਾਦੀ ਨੇ ਸਾਰੇ ਦਿਨ ਦਾ ਸਾਰਾ ਹਾਲ ਖੋਲ ਕੇ ਪੁੱਛਿਆ। ਦਾਦੀ ਮਾਂ ਦੀ ਗੋਦ 'ਚ ਬੈਠ ਪੋਤਿਆਂ ਨੇ ਸਾਰੇ ਦਿਨ ਦੀ ਬੀਤੀ ਇੱਕ ਇੱਕ ਗੱਲ ਦਾਦੀ ਨੂੰ ਸੁਣਾ ਦਿੱਤੀ। ਇਹ ਸੁਣ ਕੇ ਦਾਦੀ ਬਹੁਤ ਖੁਸ਼ ਹੋਈ ਤੇ ਅੱਗੋਂ ਵੀ ਇਸੇ ਤਰ੍ਹਾਂ ਆਪਣੇ ਧਰਮ ਵਿੱਚ ਪੱਕੇ ਰਹਿਣ ਦੀ ਪ੍ਰੇਰਨਾ ਦਿੱਤੀ। ਨੰਗੇ ਫਰਸ਼ ਤੇ ਬੈਠੀ ਦਾਦੀ ਮਾਂ ਨੇ ਗੋਦੀ ਵਿੱਚ ਲਏ ਮਾਸੂਮਾਂ ਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਦੇ ਸੋਹਲੇ ਸੁਣਾਏ। ਕਿਸੇ ਵੀ ਡਰਾਵੇ ਜਾਂ ਲਾਲਚ ਵਿੱਚ ਨਾ ਆਉਣਾ, ਇਹ ਰਾਜ ਭਾਗ ਸਭ ਝੂਠੇ ਨੇ, ਗੁਰੂ ਨਾਨਕ ਦਾ ਕਾਰੀ ਸੱਚਾਈ, ਇਸ ਨਾਲ ਸਦਾ ਹੀ ਜੁੜੇ ਰਹਿਣਾ। ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਂ ਨੂੰ ਲਾਜ ਨਹੀਂ ਲੱਗਣ ਦੇਣੀ। ਇਸ ਤਰ੍ਹਾਂ ਦੀਆਂ ਸਿਦਕ ਦੀਆਂ ਸਾਖੀਆਂ ਸੁਣਾਉਂਦੀ ਦਾਦੀ ਮਾਂ ਨੰਨੀਆਂ ਜਾਨਾਂ ਦੇ ਸਿਰ ਆਪਣੀ ਗੋਦੀ 'ਚ ਰੱਖ ਕੇ ਸਾਰੀ ਰਾਤ ਨਿੱਗ ਦਿੰਦੀ ਰਹੀ ਤਾਂ ਕਿ ਇਹਨਾਂ ਨੂੰ ਨੀਂਦ ਆ ਜਾਵੇ। ਮੇਰੇ ਕਲਗੀਧਰ ਪਾਤਸ਼ਾਹ ਦੇ ਲਾਡਲੇ ਛੋਟੇ ਪੁੱਤਰਾਂ ਤੇ ਬਿਰਧ ਮਾਤਾ ਜੀ ਨੇ ਅੱਤ ਠਰੀ ਹੋਈ ਰਾਤ ਚਾਰੋਂ ਪਾਸਿਆਂ ਤੋਂ ਆਉਂਦੀ ਹਵਾ ਵਿੱਚ ਤਨ ਦੇ ਕੱਪੜਿਆਂ ਦੇ ਨਾਲ ਬਿਨਾਂ ਕੁਝ ਛਕੇ ਭੁੰਜੇ ਨੰਗੇ ਫਰਸ਼ ਤੇ 11 ਪੋਹ 1761 ਬਿਕਰਮੀ ਭਾਵ 25 ਦਸੰਬਰ 1704 ਈਸਵੀ ਨੂੰ ਸਖਤ ਪੈਰੇ ਹੇਠ ਠੰਡੇ ਬੁਰਜ ਵਿੱਚ ਸਰਹੰਦ 'ਚ ਬਤੀਤ ਕੀਤੀ।